ਅਜੀ ਦਾ ਬਚਾਅ ਨਹੀਂ ਜਿਹੜਾ ਸਾਰੇ ਪਾਸੇ ਗੰਦ ਪਾਇਆ ਹੈਗਾ। ਗੱਲ ਸੁਣ, ਤੂੰ ਲੋਕ ਇੱਥੇ ਬੈਠੀ ਕਰਨ ਹੈਗਾ, ਤੇਰੇ ਢਿੱਡੇ ਜ਼ਿਆਦਾ ਭੀੜ ਹੋ ਜਾਏਗੀ। ਮੈਂ ਦਿੱਤੀ ਜਾਣ ਭੀੜ, ਗੰਦ ਕੇ ਪਾਇਆ ਹੈਗਾ। ਗੰਦ ਤੁਸੀਂ ਪਾਏ ਜਿਹੜੇ ਬੈਠਣ ਨਹੀਂ ਹੁੰਦੇ। ਮੈਂ ਤੁਹਾਨੂੰ ਦੱਸਦਾ, ਟੇਡੇ ਮੇਡੇ ਵੀਡੀਓ ਬਣਾਉਣੇ ਬੰਦ ਕਰਦੇ, ਨਹੀਂ ਤਾਂ ਮੈਂ ਜੁੱਤੀ ਖੜਾਲਣੀ ਫੜੀ ਹੈ। ਹੋਇਆ ਕੀ ਹੈਗਾ? ਹੋਇਆ ਤਾਂ ਕੱਖ ਨਹੀਂ, ਤੁਹਾਨੂੰ ਕੋਈ ਨਹੀਂ ਬੋਲਿਆ ਭੂਤਾਂ ਨੇ ਵੀਡੀਓ ਬਣਾਉਣੇ ਨੂੰ। ਅਸੀਂ ਆਪਣੀ ਮਰਜ਼ੀ ਨਾਲ ਬਣਾਉਣੇ, ਤੇਰੇ ਢਿੱਡੇ ਕਾਹਨੂੰ ਭੀੜ ਹੋ ਜਾਏਗੀ। ਮੈਂ ਦਿੱਤੀ ਜਾਣ ਭੀੜ, ਇਹ ਦੇਖੀ ਲੈ ਮੇਰੇ ਕੋਲ ਡਾਂਗ, ਮੈਂ ਡਾਂਗ ਬੋਬਰੀ ਫੇਰਨੀ ਹੈ। ਨਾਲ ਮੈਂ ਤੁਹਾਨੂੰ ਕੱਲ੍ਹ ਪਰਸੋਂ ਬੋਲਿਆ, ਮੈਂ ਕਿਹਾ ਭੂਤਾਂ ਨੇ ਵੀਡੀਓ ਨਹੀਂ ਬਣਾਉਣੀ, ਤੁਸੀਂ ਫਿਰ ਕੈਮਰੇ ਚੁੱਕੀ ਚਲੇ ਹੁੰਦੇ ਗੇ। ਤੁਹਾਨੂੰ ਵੀ ਪਤਾ ਮਾਹੌਲ ਕਿੰਨਾ ਖਰਾਬ ਹੋਇਆ, ਤੁਹਾਡੇ ਵੀਡੀਓ ਦੇਖੀ ਨਿਆਣੇ ਰੋਟੀ ਹੈ ਨਹੀਂ ਖਾਦੇ। ਕੋਈ ਹੋਰ ਗੱਲ ਹੋਣੀ, ਤੂੰ ਇਹ ਪਸੂੜੀ ਪਾਈਏ ਬਈ, ਭੂਤਾਂ ਨੇ ਵੀਡੀਓ ਤਾਂ ਨਿਆਣੇ ਦਿਖਦੇ ਬੜੇ ਨਾ। ਮੈਂ ਤੁਹਾਨੂੰ ਦੱਸਦਾ, ਮੇਰੇ ਸਾਹਮਣੇ ਫਾਲਤੂ ਬਕਵਾਸ ਨਹੀਂ ਕਰਨੀ, ਮੈਂ ਡਾਂਗ ਬੋਬਰੀ ਫੇਰਨੀ ਹੈਗੀ। ਇਹ ਬਿਨਾਂ ਮਤਲਬ ਭੌਂਕੀ ਦਾ ਕੰਮ ਕਾਰ ਕੋਈ ਹੈ ਨਹੀਂ, ਉੱਪਰੋਂ ਕੈਮਰੇ ਵਾਲਾ ਪਤਾ ਨਹੀਂ ਕਿੱਥੋਂ ਲੱਭ ਲਈ, ਤੀਜੇ ਦਿਹਾੜੇ ਵੀਡੀਓ ਬਣਾਉਣ ਚੱਲੇ ਹੁੰਦੇ ਨੇ। ਤੀਜੇ ਦਿਹਾੜੇ ਕਿੱਥੇ ਵੀਡੀਓ ਬਣਾਈ ਤਾਂ ਹਫ਼ਤੇ ਇੱਕ ਅੱਧਾ ਵੀਡੀਓ ਬਣਾਈ ਤਾਂ ਤੁਹਾਨੂੰ ਪਤਾ ਨਹੀਂ ਕਿਹੜੇ ਬੰਦੇ ਨੇ ਬੋਲੀ ਤਾ ਗਿਆ। ਬੋਲਣੀ ਗੱਲ ਥੋੜੀ, ਤੁਹਾਨੂੰ ਮੈਂ ਕੱਲ੍ਹ ਪਰਸੋਂ ਖੱਡਾ ਦੇਖਿਆ, ਤੁਸੀਂ ਕੈਮਰੇ ਲਈ ਘੁੰਮਾ, ਤੁਸੀਂ ਉੱਥੇ ਵੀਡੀਓ ਹੈ ਨਹੀਂ ਬਣਾਏ, ਫਿਰ ਸੁਣਕਣੇ ਫੜਾ ਦੇ। ਤੂੰ ਘਰੇ ਕੋਲ ਦੇਖੀ ਲਿਆ ਵੀਡੀਓ ਬਣਾਉਂਦੇ ਨੇ, ਅਸੀਂ ਤਾਂ ਖੱਡਾ ਆਪਣਾ ਵੀਡੀਓ ਬਣਾਉਣ ਗਏ ਨਹੀਂ, ਨਾ ਅਸੀਂ ਫਿਲਮਾਂ ਦੀ ਸ਼ੂਟਿੰਗ ਕੀਤੀ, ਸਾਨੂੰ ਤਾਂ ਇੱਕ ਹਫ਼ਤਾ ਹੋਈ ਹੈ ਵੀਡੀਓ ਬਣਾਏ ਨੂੰ। ਮੈਂ ਤੁਹਾਨੂੰ ਦੱਸਾਂ, ਮੇਰੇ ਨਾਲ ਝੂਠ ਮਾਂ ਬੋਲੇ, ਮੈਂ ਜੁੱਤੀ ਮਾਰ ਨਹੀਂ ਖੋਲੀ, ਮੈਨੂੰ ਖੱਡਾ ਕਾਜ ਮਿਲੇ ਜਦੋਂ ਤੁਸੀਂ ਫਿਲਮਾਂ ਦੀ ਸਟੋਰੀ ਲਿਖੀ ਹੋਈ। ਸਟੋਰੀ ਖਰਾ ਕੋਣ ਲਿਖੀ ਹੈ, ਤੂੰ ਇਹ ਸਾਡਾ ਝੂਠਾ ਨਫਸਾਈ ਆ ਨਾ। ਤੂੰ ਮੈਨੂੰ ਇਹ ਸਮਝਿਆ ਗਾ, ਮੈਨੂੰ ਸਾਰਾ ਪਤਾ ਲਈ ਹੈ ਤੁਹਾਨੂੰ ਕਹਾਣੀ ਕੌਣ ਲਿਖੀ ਦਿੰਦਾ ਗਾ। ਤੁਹਾਡੇ ਪਿੰਡੇ ਦਾ ਇੱਕੋ ਹੀ ਬੰਦਾ ਗਾ ਜਿਹੜੇ ਸੋਹਣੀ ਸੋਹਣੀ ਕਹਾਣੀ ਲਿਖੀ ਦਿੰਦਾ, ਮੈਨੂੰ ਦੱਸਾਂ ਕੌਣ ਹੈਗਾ। ਨਾਲ ਮੈਨੂੰ ਇਹ ਵੀ ਪਤਾ ਲਈ ਹੈ ਜਦੋਂ ਤੁਸੀਂ ਫਿਲਮਾਂ ਦੀ ਸ਼ੂਟਿੰਗ ਕਰਨ ਜਾਂਦੇ ਕੈਮਰੇ ਕੋਦੇ ਲਿੱਤੇ ਹੁੰਦੇ ਨੇ। ਨਾਲ ਤੂੰ ਸੋਚਿਆ ਹੋਣਾ ਖਰੇ ਲੋਕਾਂ ਨੂੰ ਪਤਾ ਨਹੀਂ ਲੱਗਣਾ ਅਸੀਂ ਦੜਾ ਦੜੀਆਂ ਫਿਲਮਾਂ ਬਣਾਈ ਜਾਣੀਆਂ ਨੇ। ਨਾਲ ਚੱਲ ਹਾਂ, ਤੈਨੂੰ ਮੈਂ ਦੱਸਣਾ, ਤੈਨੂੰ ਕਹਾਣੀ ਕੋਦੀ ਲਿਖੀ, ਤੁਹਾਡੀ ਲਿਖੀ ਜਾਂ ਕੋਈ ਦੀ ਹੋਰ ਲਿਖੀ ਹੋਗੀ? ਅਸੀਂ ਨਹੀਂ ਕਹਾਣੀ ਲਿਖੀ, ਖਰੇ ਕੋਣ ਕਹਾਣੀ ਲਿਖੀ ਤੀ? ਨਾਲ ਸੋਮੂ ਨੂੰ ਪੁੱਛਣਾ, ਉਹਨੇ ਨਾਲ ਲਿਖੀ ਹੋਵੇ, ਉਹਨੇ ਕਹਾਣੀ ਲਿਖਣੀ? ਸੋਮੂ ਕੋ ਰਾਈਟਰ, ਤੂੰ ਉਹਦਾ ਝੂਠਾ ਨਫਸਾਈ ਆ ਨਾ। ਨਾਲ ਚੱਲ ਹਾਂ, ਜਰ ਤੇਰੀ ਤਾਂ ਫੜੀ ਬਹੁਤ ਬੁਰੀ ਛਿੱਤਰ ਪ੍ਰੇਟ ਕਰਨੀ ਜਿਹੜੇ ਤੁਸੀਂ ਉਲਟੇ ਸਿੱਧੇ ਵੀਡੀਓ ਬਣਾਉਂਦੇ ਹੋ।